ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਆਪਣੇ ਆਪ ਨੂੰ ਪੱਕੇ ਕਰਨ ਅਤੇ ਪੇ ਸਕੇਲ ਨੂੰ ਸੋਧ ਕੇ ਲਾਗੂ ਕਰਨ ਨੂੰ ਲੈ ਕੇ ਸਟਾਫ ਨਰਸਾਂ ਵੀ ਬੈਠੀਆਂ ਧਰਨੇ 'ਤੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ। ਇਸ ਮੌਕੇ ਬੁਲਾਰਾ ਨੇ ਬੋਲਦਿਆਂ ਕਿਹਾ ਕਿ ਅਸੀਂ ਲੰਬੇ ਟਾਈਮ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਜੋ ਪੇ ਸਕੇਲ ਲਾਗੂ ਕੀਤਾ ਗਿਆ ਉਸ ਨੂੰ ਸੋਧ ਕੇ ਦੁਬਾਰਾ ਤੋਂ ਲਾਗੂ ਕੀਤਾ ਜਾਵੇ। ਪਰ ਸਰਕਾਰ ਦੇ ਕੰਨਾਂ 'ਤੇ ਕੋਈ ਜੋ ਨਹੀਂ ਸਰਕਰੀ, ਜਿਸ ਨੂੰ ਲੈ ਕੇ ਸਾਨੂੰ ਮਜਬੂਰੀ ਬਸ ਅੱਜ ਧਰਨੇ 'ਤੇ ਬੈਠਣਾ ਪੈ ਰਿਹਾ ਹੈ। ਜਿੰਨਾ ਚਿਰ ਇਹ ਪੇ ਸਕੇਲ ਨੂੰ ਸੋਧ ਕੇ ਦੁਬਾਰਾ ਲਾਗੂ ਨਾ ਕੀਤਾ ਅਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤਾ, ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ਾਂ ਨੂੰ ਸਾਡੇ ਵੱਲੋਂ ਹੋਰ ਤੇਜ਼ ਕੀਤਾ ਜਾਵੇ। ਫੇਰੀ ਨਹੀਂ ਚਲੇਗੀ, ਸਿਹਤ ਕਾਮੇ ਜਿੰਦਾਬਾਦ, ਕਰੋਨਾ ਦੂਰ ਕਰੋ, ਪੰਜਾਬ ਸਰਕਾਰ ਹਾਏ ਹਾਏ, ਪੰਜਾਬ ਸਰਕਾਰ ਮੁਰਦਾਬਾਦ, ਸਿਹਤ ਮੰਤਰੀ ਮੁਰਦਾਬਾਦ, ਭਗੌੜੇ ਹੋਣ ਵਾਲੀ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਹਾਏ ਹਾਏ। ਕੀ ਕਹਿਣਾ ਚਾਹੂੰਗਾ ਅੱਜ ਦੇ? ਧੰਨਵਾਦ। ਮੈਂ ਸਵਰਨਜੀਤ ਕੌਰ, ਨਰਸਿੰਗ ਐਸੋਸੀਏਸ਼ਨ ਦੀ ਪ੍ਰੈਜੀਡੈਂਟ ਹਾਂ। ਇਹ ਜਿਹੜਾ ਪ੍ਰਦਰਸ਼ਨ ਅਸੀਂ ਅੱਜ ਕਰ ਰਹੇ ਹਾਂ, ਇਹ ਜੁਆਇੰਟ ਐਕਸ਼ਨ ਨਰਸਿਸ ਕਮੇਟੀ ਪੰਜਾਬ ਐਂਡ ਡਿਊਟੀ ਮੁਲਾਜ਼ਮ ਦੇ ਸੱਦੇ 'ਤੇ ਅੱਜ ਇੱਕ ਦਿਨ ਦੀ ਸਮੂਹਕ ਸੀਐਲ ਲੈ ਕੇ ਹੜਤਾਲ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਹੜਤਾਲ ਕੀਤੀ ਸੀ। ਪਹਿਲਾਂ ਸਾਨੂੰ ਡਾਇਰੈਕਟੋਰੇਟ ਸਿਹਤ ਵਿਭਾਗ ਪਰਿਵਾਰ ਭਲਾਈ ਵਿਭਾਗ ਨੇ ਇਹ ਆਸ਼ਵਾਸਨ ਦਵਾਇਆ ਸੀਗਾ ਕਿ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਅਸੀਂ ਕੈਬਨਿਟ ਸਬ ਕਮੇਟੀ ਤੋਂ ਟਾਈਮ ਲੈ ਕੇ ਤੁਹਾਡਾ ਉਹਦੇ ਨਾਲ ਮੀਟਿੰਗ ਕਰਵਾਈ ਜਾਊਗੀ, ਪਰ ਸਾਨੂੰ ਉਦੋਂ ਵੀ ਸਮਾਂ ਨਹੀਂ ਦਿੱਤਾ ਗਿਆ। ਤਾਂ ਫਿਰ ਇਸ ਕਰਕੇ ਅਸੀਂ ਉਦੋਂ ਆਸ਼ਵਾਸਨ 'ਤੇ ਆਪਣੀ ਹੜਤਾਲ ਵਾਪਸ ਲੈ ਲਈ ਸੀ, ਪਰ 2 ਮਹੀਨੇ ਅਸੀਂ ਵੇਟ ਕੀਤੀ ਪਰ ਹਾਲੇ ਤੱਕ ਸਾਨੂੰ ਕੋਈ ਸਮਾਂ ਨਹੀਂ ਮਿਲਿਆ। ਇਸ ਕਰਕੇ ਸਾਨੂੰ ਦੁਬਾਰਾ ਇਹ ਮਜਬੂਰਨ ਹੜਤਾਲ ਕਰਨੀ ਪੈ ਰਹੀ ਹੈ, ਅਤੇ ਅਸੀਂ ਇਹ ਹੜਤਾਲ ਇੱਕ ਦਿਨ ਦੀ ਕਰਕੇ ਉਸ ਤੋਂ ਬਾਅਦ ਜਿੱਦਾਂ ਸਾਡੀ ਕਮੇਟੀ ਸਾਨੂੰ ਕਹੇਗੀ ਕਿ ਵੀ ਇਹਨੂੰ ਅੱਗੇ ਹੜਤਾਲ ਕੰਟੀਨਿਊ ਕਰਨੀ ਹੈ ਜਾਂ ਮਿੱਥੇ ਸਮੇਂ ਲਈ ਕਰਨੀ ਹੈ, ਉਹ ਉਹਨਾਂ ਦੇ ਆਸ਼ਵਾਸਨ 'ਤੇ ਹੀ ਹੋਊਗਾ। ਕੀ ਮੰਗਾਂ ਨੇ ਤੁਹਾਡੀਆਂ? ਇਹਦੇ ਵਿੱਚ ਸਾਡੀਆਂ ਮੇਨ ਮੰਗਾਂ ਇਹ ਨੇ ਪੇ ਅਨੋਮਲੀ ਦੂਰ ਕੀਤੀ ਜਾਵੇ। ਜਿਹੜਾ 5th ਪੇ ਕਮਿਸ਼ਨ ਅਤੇ 6th ਆਪਣਾ ਪੇ ਕਮਿਸ਼ਨ ਲਾਗੂ ਕਰ ਰਹੇ ਆ, ਉਹ ਰਿਵਾਈਜ਼ਡ ਪੇ ਸਕੇਲ ਜਿਹੜਾ 2011 ਦੇ ਵਿੱਚ ਹੋਇਆ ਸੀ ਉਸ 'ਤੇ ਲਾਗੂ ਕੀਤਾ ਜਾਣਾ ਚਾਹੀਦਾ। ਪਲੱਸ ਸਾਡਾ ਜਿਹੜਾ ਨਰਸਿੰਗ ਔਫਿਸਰ ਦਾ ਰੈਂਕ ਆ ਉਹ ਸਾਨੂੰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਸਰਕਾਰ ਦਾ ਕੋਈ ਵਿੱਤੀ ਬੋਝ ਨਹੀਂ ਪੈਣ ਵਾਲਾ। ਅਤੇ ਨੈਕਸਟ ਸਾਡੀ ਇਹ ਹੈਗਾ ਕਿ ਜਿਹੜੀ ਪੁਰਾਣੀ ਪੈਨਸ਼ਨਾਂ 2004 ਤੋਂ ਬਾਅਦ ਮੁਲਾਜ਼ਮ ਪੱਕੇ ਕੀਤੇ ਭਰਤੀ ਕੀਤੇ ਆ ਉਹਨਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਜਦੋਂ ਕਿ 2004 ਦੇ ਵਿੱਚ ਜਿਹੜੇ ਵੀ ਮੰਤਰੀ ਆਪਣੇ ਆਉਂਦੇ ਨੇ ਉਹਨਾਂ ਦੀਆਂ ਪੈਨਸ਼ਨਾਂ ਲਾਗੂ ਨੇ, ਪਰ ਮੁਲਾਜ਼ਮਾਂ ਦੀਆਂ ਹੀ ਪੈਨਸ਼ਨਾਂ ਕਿਉਂ ਖੁੰਝ ਗਈਆਂ? ਅਤੇ ਜੇ ਮੁਲਾਜ਼ਮਾਂ ਦੀਆਂ ਖੁੰਝ ਗਈਆਂ ਤਾਂ ਫਿਰ ਮੰਤਰੀਆਂ ਨੂੰ ਵੀ ਪੈਨਸ਼ਨ ਕਿਉਂ ਲਾਗੂ ਕੀਤੀ ਜਾ ਰਹੀ ਹੈ? ਅਤੇ ਨੈਕਸਟ ਸਾਡੀ ਡਿਮਾਂਡ ਇਹ ਹੈ ਕਿ ਜਿਹੜੇ 2 ਜੁਲਾਈ 2020 ਦੇ ਵਿੱਚ ਨਿਊ ਸਟਾਫ ਭਰਤੀ ਕੀਤਾ ਗਿਆ ਉਹ 5th ਲੈਵਲ 'ਤੇ ਰੱਖਿਆ ਜਾ ਰਿਹਾ, ਜਿਹੜਾ ਕਿ ਸੈਂਟਰ ਦੇ ਵਿੱਚ 44,900 ਪੇ ਸਕੇਲ ਹੈ ਪਰ ਪੰਜਾਬ ਦੇ ਵਿੱਚ 29,200 ਸਕੇਲ 'ਤੇ ਲਾਗੂ ਕੀਤਾ ਗਿਆ ਇਹਨਾਂ ਦੀ। ਪਰ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦੇ ਵਿੱਚ ਨੋਟੀਫਿਕੇਸ਼ਨ ਕਰਕੇ ਸੋਧ ਕੇ ਇਹਨਾਂ ਦੀ ਜਿਹੜੀ ਪੇ ਸਕੇਲ ਹੈ ਉਹ 44,900 ਹੀ ਦਿੱਤੀ ਜਾਵੇ ਇਹਨਾਂ ਨੂੰ। ਜੇ ਤੁਹਾਡੇ ਧਰਨੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਤਾਂ ਅਗਲਾ ਪ੍ਰਦਰਸ਼ਨ ਕੀ ਹੋਊਗਾ? ਨੈਕਸਟ ਸਾਡਾ ਇਹ ਹੈ ਕਿ ਜਿੱਦਾਂ ਸਾਨੂੰ ਕੈਬਨਿਟ ਸਾਡੀ ਕਮੇਟੀ ਜਿੱਦਾਂ ਕਿ ਕਨਵੀਨਰ ਸਾਨੂੰ ਕਹਿਣਗੇ ਕਿ ਵੀ ਇਹ ਹੜਤਾਲ ਕੰਟੀਨਿਊ ਕਰਨੀ ਹੈ ਜਾਂ ਅਸੀਂ ਕਲਮ ਛੋੜ, ਜਿੱਦਾਂ ਵੀ ਸਾਨੂੰ ਅੱਗੇ ਐਡਵਾਈਸ ਕਰਨਗੇ ਅਸੀਂ ਉੱਦਾਂ ਹੀ ਕੰਟੀਨਿਊ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।